नहीं फिर कोई बिना कोई तगल मतलब भी कुछ ना ऐहो जो साले किड़े चोने तेरे कोले मलंग कोले की है ऐ ओए ओ तो गैर हो गए होंदे बड़े बड़े ओना कोले जेडी मैं तेनु हना सिद्धू प्लेट देसी ना ओहो ओदे कोल कहीं ओहो हना गैपाड़ी जो मैं प्लेट नहीं नहीं प्लेट नाल थोड़ी मरनगे बंदे यार कमाल कर जाने तू चोर फड़ांगे किवें प्लेट नाल थोड़ी फड़े जाणगे ਉਹ ਯਾਰ ਜਿਹੜੀ ਗਰਾਰੀ ਜੀ ਹੁੰਦੀ ਆ ਪਸਤੌਲ ਚ ਉਹ ਗੱਲ ਕਰਦਾ ਤੂੰ ਉਹ ਨਹੀਂ ਦੂਸੀ ਹਨਾ ਉਹ ਤੋਂ ਨਿਕਲ ਡੱਗ ਫਿਰ ਉਹ ਹਨਾ ਉਹ ਚ ਪੈਣ ਦਾ ਮੰਗਲ ਮਾਸੇ ਵਾਲੇ ਹੁੰਦੇ ਆ ਤੇ ਚੀਰ ਚੀਰ ਕੇ ਕਿੱਧਰ ਮਗੜ ਮਸਾਂ ਚ ਤੁਰਿਆ ਫਿਰਦਾ ਤੂੰ ਗੱਲ ਚੋਰਾਂ ਦੀ ਕਰੀ ਜਾਂਦੇ ਆ ਹਨਾ ਫਿਰ ਉਹਨੂੰ ਬਾਹਰ ਛਿੱਟ ਦਿੰਦੇ ਆ ਚੱਲ ਕਰ ਮੈਂ ਤੈਨੂੰ ਗੱਲ ਕੀ ਕਹੀ ਆ ਨਾ ਖੜ ਜਾ ਇੱਕ ਮਿੰਟ ਮੈਂ ਤੈਨੂੰ ਕੀ ਕਹੀ ਆ ਨਾ ਵੀ ਚੋਰਾਂ ਨੂੰ ਆਪਾਂ ਕਿਵੇਂ ਫੜਾਂਗੇ ਮੈਂ ਇੰਤਜ਼ਾਮ ਕਰ ਲਿਆ ਹਨਾ ਕਦੇ ਤਾਂ ਤੂੰ ਕਹਿੰਦਾ ਵੀ ਬਾਹਲੇ ਲੱਖਾਂ ਦੀ ਬੰਦੂਕ ਆਊਗੀ ਮੇਰੀ ਕਦੇ ਫਿਰ ਤੂੰ ਕਹਿੰਦਾ ਮੈਂ ਇੰਤਜ਼ਾਮ ਕਰ ਲਿਆ ਆਊਗੀ ਤਾਂ ਸਹੀ ਪੈਸਿਆਂ ਦਾ ਇੰਤਜ਼ਾਮ ਕਰਨਾ ਹੀ ਪਊ ਪੈਸਿਆਂ ਨੇ ਪੈਸਿਆਂ ਦਾ ਕਰ ਲੈ ਇੰਤਜ਼ਾਮ ਤੈਨੂੰ ਬੰਦੂਕ ਮੈਂ ਦਵਾ ਦੂੰ ਮੈਂ ਜਿੰਨੇ ਪੈਸੇ ਕਹੇ ਆ ਹਨਾ ਪਹਿਲਾਂ ਉਹਨੇ ਕਿਸੇ ਤੋਂ ਲੈਣੇ ਪੈਣਗੇ ਉਹਨੇ ਤੂੰ ਐਂ ਕਰ ਮੇਰੀ ਗੱਲ ਸੁਣ ਤੂੰ ਮੈਨੂੰ ਤਨਖਾਹ ਤੇ ਰੱਖ ਲੈ ਠੀਕ ਹੈ ਨਾ ਮੈਂ ਰਾਤ ਨੂੰ ਚੌਂਕੀਦਾਰੀ ਕਰਿਆ ਕਰੂੰ ਤੂੰ ਆਰਾਮ ਨਾਲ ਸੌਂਜਿਆ ਕਰ ਜੇ ਮੇਰੇ ਕੋਲ ਪਿਸਤੌਲ ਹੈਗਾ ਤੈਨੂੰ ਪਤਾ ਮੈਂ ਚੋਰਾਂ ਨੂੰ ਫੜ ਲਿਆ ਕਰੂੰ ਹੁਣ ਤਾਂ ਗਨ ਤਾਂ ਮੇਰੇ ਕੋਲ ਹੈਗੀ ਹੈ ਗਨ ਦਾ ਤਾਂ ਆਪਾਂ ਨੂੰ ਰੌਲਾ ਰੱਪਾ ਮੁੱਕ ਗਿਆ ਸਾਰਾ ਮੇਰੀ ਗੱਲ ਸੁਣ ਓਏ ਮੇਰੀ ਗੱਲ ਤਾਂ ਸੁਣ ਤੂੰ ਮੈਨੂੰ ਤਨਖਾਹ ਤੇ ਰੱਖ ਲੈ ਠੀਕ ਹੈ ਤੇ ਮੈਨੂੰ ਤਨਖਾਹ ਤੇ ਰੱਖ ਲੈ ਤੇ ਰਾਤ ਨੂੰ ਰਾਖੀ ਮੈਂ ਰੱਖਿਆ ਕਰੂੰ ਤੂੰ ਸੌਂ ਜਾ ਕਰੀ ਤੜਕੇ ਰਾਖੀ ਤੂੰ ਰੱਖ ਲਿਆ ਕਰੀ ਤੜਕੇ ਦਿਨ ਮੈਂ ਕਿਰਾਏ ਤੇ ਪਿਸਤੌਲ ਵੀ ਦੇ ਜਾ ਕਰੂੰ ਉਹਦਾ ਹੁਣ ਮੇਰੀ ਤਨਖਾਹ ਦੱਸ ਕਿੰਨੀ ਹੈ ਕਿੰਨੇ ਪੈਸੇ ਦੇਵੇਂਗਾ ਮੈਨੂੰ ਹੈਂ 7 ਲੱਖ 7 ਲੱਖ ਮਹੀਨੇ ਦਾ ਬਸ ਠੀਕ ਜਿਹੜੇ ਮੁੱਕਣ ਨਾ ਤੂੰ 7 ਲੱਖ ਕਿੱਥੋਂ ਲਿਆਏਂਗਾ ਹਨਾ ਜਿਹਦੇ ਕੋਲ ਵੀ ਮਤਲਬ ਪਲੇਟ ਵਾਲੀ ਗੰਨ ਹੋ ਹਨਾ ਦੂਸਰੇ ਬੰਦੇ ਕੋਲ ਪਲੇਟ ਵਾਲੀ ਨਕਲੀ ਗੰਨ ਹੋ ਹਨਾ ਉਹਦੇ ਕੋਲ ਆਪਾਂ ਨਕਲੀ ਨਹੀਂ ਰੱਖਣੀ ਆਪਣੇ ਕੋਲ ਤਾਂ ਅਸਲੀ ਆ ਫਿਰ ਮੈਂ ਤਾਂ ਨਕਲੀ ਰੱਖੂਗਾ ਤੂੰ ਤੈਨੂੰ ਮੈਂ ਪਲੇਟ ਵਾਲੀ ਨਕਲੀ ਦਵਾ ਦੂੰਗਾ ਫਿਰ ਅਸਲੀ ਨਾਲ ਆਹ ਨਕਲੀ ਨਾਲ ਥੋੜੀ ਚੋਰ ਫੜੇ ਜਾਣਗੇ ਫੜੇ ਤਾਂ ਅਸਲੀ ਨਾਲ ਜਾਣਗੇ ਕੋਈ ਨਹੀਂ ਚੱਲ ਮੈਂ ਇੱਥੇ ਲਾਈਵ ਹੋ ਕੇ ਕਹਿਣਾ ਮੈਂ ਸਾਰਿਆਂ ਨੂੰ ਬੇਨਤੀ ਕਰਦੇ ਕਰੇ ਮੈਨੂੰ ਕੋਈ ਨਾ ਕੋਈ ਨਕਲੀ ਪਿਸਤੌਲ ਲਿਆ ਦੇ ਮੇਰੇ ਚੋਰ ਆਉਂਦੇ ਆ ਘਰੇ ਤੇ ਕਰ ਮੈਂ ਚੋਰ ਦਵਾਲਣਾ ਇੱਥੇ ਕਹਿ ਦੇ ਲੋਕ ਤੈਨੂੰ ਦੇਖੀ ਜਾਂਦੇ ਨੇ ਉਹ ਛੱਡ ਤੂੰ ਯਾਰ ਦੋਸਤ ਤੇਰੇ ਸਾਰੇ ਲੱਡੂ ਦੋਸਤ ਨੇ ਤੇਰੇ ਕੋਈ ਨਹੀਂ ਖੜਦਾ ਤੇਰੇ ਨਾਲ ਇੱਧਰ ਦੇਖ ਮੇਰੇ ਬੰਨੀ ਦੇਖ ਕੇ ਆਹ ਮੈਂ ਕਈ ਲੋਕ ਮੈਨੂੰ ਦੇਖੀ ਜਾਂਦੇ ਨੇ ਇੱਥੇ ਤੈਨੂੰ ਵੀ ਦੇਖੀ ਜਾਂਦੇ ਨੇ ਇਹਨਾਂ ਨੂੰ ਕਹਿੰਦੇ ਕਰੇ ਮੈਨੂੰ ਇੱਕ ਚਾਹੀਦਾ ਪਿਸਤੌਲ ਜਿਹੜਾ ਮੇਲਿਆਂ 'ਤੇ ਹੁੰਦਾ ਜਵਾਕਾਂ ਵਾਲਾ ਕਹਿੰਦੇ ਮੈਂ ਦੂਜਾ ਕੀ ਕਰਾਉਣਾ ਤੂੰ ਪੁਲਿਸ ਫੜ ਕੇ ਲੈ ਜਾਓ ਆਪਾਂ ਨੂੰ ਹਾਂ ਆਪਾਂ ਚੋਰ ਫੜਨੇ ਆਪਾਂ ਚੋਰ ਭਜਾਉਣੇ ਖੂਨ ਕੱਢ ਦੇਗਾ ਪੁਲਿਸ ਵਾਲਿਆਂ ਦੇ ਪੁਲਿਸ ਵਾਲੇ ਬਹੁਤ ਕੁੱਟਦੇ ਆ ਪੁੱਤ ਪੁਲਿਸ ਵਾਲਿਆਂ ਨਾਲ ਨਹੀਂ ਆਪਾਂ ਲੜਨਾ ਪੁਲਿਸ ਵਾਲੇ ਤਾਂ ਵਧੀਆ ਬੰਦੇ ਹੁੰਦੇ ਨੇ ਆਪਾਂ ਤਾਂ ਚੋਰ ਕੁੱਟਣੇ ਨੇ ਉਹ ਚੱਕ ਚੁੱਪ ਕਰ ਚੰਗਾ ਆਪਾਂ ਬੇਨਤੀ ਕਰ ਇੱਧਰ ਮੇਲੇ ਵਾਲੀ ਪਿਸਤੌਲ ਵਾਲੀ ਓਏ ਉਹਨੂੰ ਕਹਿ ਕਰੇ ਸਾਨੂੰ ਮੈਨੂੰ ਭਾਈ ਇੱਕ ਛੋਟੀ ਜਿਹੀ ਡਰਾਉਣ ਵਾਲੀ ਗੰਨ ਭੇਜ ਦਿਓ ਕਹਿੰਦੇ ਮੈਂ ਚੋਰ ਭਜਾਉਣੇ ਸਾਡੇ ਘਰੋਂ ਠੀਕ ਹੈ ਤੁਹਾਡੇ ਚੋਰ ਕਹਿ ਰਹੇ ਹੁਣ ਇੱਧਰ ਤੈਨੂੰ ਭੇਜ ਇੱਧਰ ਇੱਧਰ ਮੇਰੇ ਮੈਨੂੰ ਦੇਖ ਕੇ ਸਰ ਨੂੰ ਕਹਿ ਰਹੇ ਭਾਈ ਸਾਡੇ ਚੋਰ ਆਉਂਦੇ ਆ ਭਾਈ ਸਾਡੇ ਚੋਰ ਆਉਂਦੇ ਆ ਸਾਨੂੰ ਪਿਸਤੌਲ ਭੇਜ ਦੋ ਕੋਈ ਜਿਹਦੇ ਨਾਲ ਬੰਦੇ ਡਰ ਕੇ ਭੱਜ ਜਾਣ ਚੋਰ ਹਾਂ ਚਲੋ ਭਾਈ ਜਿਹੜੀ ਗੱਲ ਮੰਨ ਲਿਓ ਠੀਕ ਹੈ ਚੰਗਾ ਬਾਏ ਚੱਲ ਚੱਲੀਏ ਕੜਾ ਲੈਂਦੇ ਆ ਆ ਸੁਣੀ ਤੁਸੀਂ ਮੈਂ ਮੈਨੂੰ ਕਿਤੇ ਦਵਾ ਕੇ ਲੈ ਆਏਗਾ।